ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹੀਦਾ, ਸਾਡੇ ਦਿਓਰ ਦਾ ਵਿਆਹ ਸਾਨੂੰ ਗੋਡੇ ਗੋਡੇ ਜਿਵੇਂ ਲੱਗੀ ਜਾਵਾ ਲੋਕ ਸਾਰੇ ਯਾਦ ਰੱਖਣਗੇ ਇਹ ਜਾਗੋ ਇੱਕ ਫੁੱਲਾਂ ਨਾਲ ਸਜੇ ਗੱਡੇ ਲੰਡੀਆਂ ਜੀਪਾਂ ਅਤੇ ਟਰੈਕਟਰ ਟਰਾਲੀਆਂ ਦੇਖ ਕੇ ਕੋਈ ਇਹ ਨਾ ਸਮਝ ਲਿਓ ਕਿ ਇਹ ਕੋਈ ਜਲੂਸ ਜਾਂ ਸਿਆਸੀ ਲੀਡਰ ਦੀ ਕੋਈ ਰੈਲੀ ਨਿਕਲ ਰਹੀ ਹੈ। ਇਹ ਲੋਕ ਅਮਰੀਕਾ ਤੋਂ ਆਏ ਨੇ ਅਤੇ ਇਹਨਾਂ ਵੱਲੋਂ ਜਾਗੋ ਕੱਢੀ ਜਾ ਰਹੀ ਹੈ ਅਤੇ ਇਸ ਪਰਿਵਾਰ ਨੂੰ ਅਮਰੀਕਾ 'ਚ ਰਹਿਣ ਦੇ ਬਾਵਜੂਦ ਪੰਜਾਬੀ ਵਿਰਸੇ ਨਾਲ ਅੰਤਾਂ ਦਾ ਪਿਆਰ ਹੈ। ਇਸੇ ਕਰਕੇ ਬਠਿੰਡਾ ਸ਼ਹਿਰ 'ਚ ਇਹ ਪੁਰਾਤਨ ਪੰਜਾਬੀ ਢੰਗ ਨਾਲ ਜਾਗੋ ਕੱਢ ਰਹੇ ਨੇ। ਮੇਰੇ ਭਰਾ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹੀਦਾ, ਸਾਡੇ ਦਿਓਰ ਦਾ ਵਿਆਹ ਸਾਨੂੰ ਗੋਡੇ ਗੋਡੇ ਜਿਵੇਂ ਲੱਗੀ ਜਾਵਾ ਟਰੈਕਟਰ ਟਰਾਲੀਆਂ ਤੇ ਜੀਪਾਂ 'ਚ ਭੰਗੜੇ ਪਾਉਂਦੇ ਆਉਂਦੇ ਲੋਕ ਜਿੱਥੇ ਆਪਣੇ ਮੁੰਡੇ ਦਾ ਵਿਆਹ ਇਸ ਢੰਗ ਨਾਲ ਕਰਕੇ ਪੰਜਾਬੀਆਂ ਨੂੰ ਇਹ ਜਾਚ 'ਚ ਸਿਖਾਉਣ ਆਏ ਨੇ ਕਿ ਆਪਣਾ ਮਰ ਰਿਹਾ ਵਿਰਸਾ ਕਿਵੇਂ ਸੰਭਾਲਿਆ ਜਾਵੇ। ਉੱਥੇ ਹੀ ਇਹਨਾਂ ਦੇ ਇਸ ਕਾਰਜ ਕਰਕੇ ਪੂਰੇ ਸ਼ਹਿਰ 'ਚ ਵੀ ਚਰਚੇ ਹੋ ਰਹੇ ਨੇ। ਪੂਰਾ ਬੈਕ ਉਹ ਕਲਚਰ ਲੈ ਕੇ ਜਿਹੜੇ ਲੋਕ ਭੁੱਲ ਗਏ ਆ ਅਮਰੀਕਾ, ਅਸੀਂ ਅਮਰੀਕਾ ਤੋਂ ਆ ਕੇ ਕਲਚਰ ਦੁਆਰਾ ਲੈ ਕੇ ਆਉਣਾ ਦਾ ਲੋਕ ਸਾਰੇ ਯਾਦ ਰੱਖਣਗੇ ਇਹ ਜਾਗੋ ਇੱਕ ਅਸੀਂ ਬਾਹਰੋਂ ਆਏ ਹਾਲੇ ਵੀ ਜਿਹੜਾ ਪੁਰਾਣਾ ਕਲਚਰ ਹੈ ਅਸੀਂ ਉਹਨੂੰ ਵੀ ਮੇਨਟੇਨ ਰੱਖਿਆ ਹੋਇਆ ਗੱਡਿਆਂ ਦੇ ਉੱਤੇ ਜਿਹੜਾ ਪੁਰਾਣਾ ਕਲਚਰ ਹੈ ਉਸੇ ਨੂੰ ਮੇਨਟੇਨ ਰੱਖਦੇ ਹੋਏ ਅਸੀਂ ਸਾਰੇ ਨਾਨਕ ਵੱਲ ਨਾਨਕ ਸ਼ੱਕ ਕੱਢ ਰਹੇ ਹਾਂ। ਅਸੀਂ ਅੱਜ ਇੱਥੇ ਬਠਿੰਡੇ ਦੇ ਵਿੱਚ ਬਾਹਰੋਂ USA ਤੋਂ ਆਏ ਹੋਏ ਸਾਰੇ ਪਰਿਵਾਰਾਂ ਸਾਰੇ ਪਰਿਵਾਰ ਤੇ ਨਾਨਕ ਸ਼ੱਕ ਕੇ ਇੱਥੇ ਕੱਢ ਰਹੇ ਹਾਂ ਜੀ। ਅੱਛਾ, ਕਿਸ ਚੀਜ਼ ਤੇ ਆਏ ਕਿ ਵਹੀਕਲ ਆ ਜਿਹੜੇ ਲੋਕ ਅੱਜ ਮਹਿੰਗੀਆਂ ਗੱਡੀਆਂ ਤੇ ਆਉਂਦੇ ਆ? ਅਸੀਂ ਗੱਡੇ ਤੇ ਆਏ ਹੋਏ ਜੀ, ਗੱਡਿਆਂ ਤੇ ਜੀਪਾਂ ਤੇ ਪੁਰਾਣੀਆਂ ਜੀਪਾਂ ਲੈ ਕੇ ਉਹਨਾਂ ਨੂੰ ਗੱਡਿਆਂ ਦੇ ਗੱਡੇ ਲੈ ਕੇ ਆਏ। ਸ਼ੁਰੂ ਤੋਂ ਅਸੀਂ ਪੰਜਾਬੀ ਵਿਰਸੇ ਨਾਲ ਜੁੜੇ ਹੋਏ, ਭੁੱਲੇ ਨੀ ਅਸੀਂ ਇੱਥੇ, ਕਾਫੀ ਚਿਰ 18-20 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਫਿਰ ਵੀ ਹਰੇਕ ਇੱਥੇ ਆਉਂਦੇ ਆ, ਤਿਉਹਾਰ ਮਨਾਉਂਦੇ ਆ ਤੇ ਖੁਸ਼ੀਆਂ ਸਾਰਾ ਕੁਛ ਕਰਦੇ ਆ। ਗੱਡੇ ਤੇ ਲੈ ਕੇ ਗੱਡੇ ਲੰਡੀ ਜੀਪ ਜਿਹੜੇ ਆਪਣੇ ਲੋਕ ਇੱਥੇ ਆ ਉਹ ਵੈਸਟਰਨ ਨੂੰ ਫੋਲੋ ਕਰਦੇ ਜਾਂਦੇ ਪਏ ਆ, ਪਰ ਜਿਹੜੇ ਵੈਸਟ ਰਹਿੰਦੇ ਆ ਅਸੀਂ ਵੈਸਟਰਨ ਚੋਂ ਆਏ ਆ, USA ਤੋਂ ਆਏ ਆ, ਪਰ ਜਿਹੜਾ ਪਿਆਰ ਤੇ ਜਿਹੜਾ ਸਨੇਹ ਆਪਣੇ ਕਲਚਰ ਨਾਲ ਜੁੜ ਕੇ ਮਿਲਦਾ ਉਹ ਕਿਤੇ ਨੀ ਮਿਲਦਾ ਵੈਸਟਰਨ ਨਾਲ ਜੁੜ ਤੇ ਪੁਰਾਣੀਆਂ ਜੀਪਾਂ ਤੇ ਅਸੀਂ ਅਸੀਂ ਸਾਰੇ ਹੁਣ ਅਮਰੀਕਾ ਤੋਂ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਗੱਡੇ ਟਰੈਕਟਰ ਤੇ ਸਾਡੀ ਸਾਰੀ ਘਰ ਦੀ ਕਰੀ ਬੀਬੀ ਆ ਉਹ ਲੰਡੀ ਜੀਪ 'ਚ ਖੜੇ ਆ ਤੇ ਰੌਣਕਾਂ ਪਾ ਰਹੇ ਆ ਤੇ ਸਾਰੇ ਜਾਣੇ ਇੱਥੇ ਸਾਰੀ ਬਹੁਤ ਜ਼ਿਆਦਾ ਰੌਣਕਾਂ ਪਾ ਰਹੇ, ਤੁਸੀਂ ਹੁਣ ਸੁਖ ਸੁਣ ਸਾਰਿਆਂ ਦੀ ਬੋਲੀਆਂ ਸਕੋਗੇ। ਇਸ ਦੌਰਾਨ ਉਹਨਾਂ ਲੋਕਾਂ ਦੇ ਗੱਡੇ ਤੇ ਟਰਾਲੀਆਂ ਦੀ ਵੀ ਬੁੱਕਤ ਪੈ ਗਈ ਜਿਨ੍ਹਾਂ ਦੇ ਵਾਹਨ ਘਰਾਂ 'ਚ ਖੜੇ ਮਿੱਟੀ ਹੋ ਰਹੇ ਸਨ। ਹਾਂਜੀ, ਇਹ ਜੀ ਮੇਰਾ ਗੱਡਾ ਇਹਨਾਂ ਨੇ ਬੁੱਕ ਕੀਤਾ ਸੀਗਾ ਜੀ, ਇਹ ਤੇ ਸਪੈਸ਼ਲੀ ਜੱਗ ਨਾਨਕਾ ਮੇਲ ਲੈ ਕੇ ਆਏ ਆ ਜੀ। ਹਾਂਜੀ, ਇਹ ਸਜਾਇਆ ਗਿਆ ਜਿਵੇਂ ਗੱਡੀਆਂ ਸਜਾਈਆਂ ਉਵੇਂ ਸਜਾਇਆ ਗਿਆ ਜੀ, ਕੋਸੇ ਪੁਰਾਣੀਆਂ ਦੀ ਲੁੱਕ ਦੇ ਨਾਲ ਹੀ ਸੰਬੰਧ ਹੈ ਜੀ। ਹੋਰ ਜੀ, ਗੱਡਾ ਹੋ ਗਿਆ ਜੀ, ਇੱਕ ਟਰੈਕਟਰ ਹੋ ਗਿਆ ਜੀ, ਹੋਰ ਵਿਰਾਸਤੀ ਪੁਰਾਣੀਆਂ ਗ੍ਰਾਮਾਂ ਫੋਨ ਟੀਵੀ ਲਾਟਣਾ ਚਰਖੇ ਮਧਾਣੀਆਂ ਸਭ ਕੁਛ ਲੈ ਕੇ। ਹਾਂਜੀ, ਇੱਕ ਜੀਪ ਅਸੀਂ ਆਪਣੇ ਲੈ ਕੇ ਆਏ ਲੰਡੀ ਜੀਪ ਜੀ, ਉਹ ਤੇ ਆਏ ਆ ਸਾਰਾ ਨਾਨਕਾ ਮੇਲ।
ਇਨਸਾਨੀ ਫਿਤਰਤ ਹੈ ਕਿ ਉਹ ਹਰ ਉਸ ਚੀਜ਼ ਵੱਲ ਖਿੱਚਿਆ ਚਲਾ ਜਾਂਦਾ ਹੈ ਜਿਹੜਾ ਆਮ ਨਾਲੋਂ ਕੁਝ ਹਟ ਕੇ ਹੋਵੇ, ਤੇ ਫਿਰ ਇਸ ਦੌਰਾਨ ਭਾਵੇਂ ਕੋਈ ਆਪਣੀ ਜਾਗੋ ਅਮਰੀਕਾ ਤੋਂ ਆ ਕੇ ਗੱਡਿਆਂ ਤੇ ਕੱਢ ਲਿਆਵੇ, ਤੇ ਫਿਰ ਸੱਥਾਂ 'ਚ ਵੀ ਇਹੀ ਚਰਚਾ ਹੁੰਦੀ ਹੈ ਕਿ ਆ ਅਮਰੀਕਾ ਵਾਲੇ ਦੇਖੋ ਕਿਵੇਂ ਪੰਜਾਬੀ ਵਿਰਸੇ ਨੂੰ ਸੰਭਾਲੀ ਬੈਠੇ ਨੇ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਨਰੇਸ਼ ਕੁਮਾਰ ਦੀ ਰਿਪੋਰਟ।